ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ, ਇਕੱਲੀਆਂ ਬਿਆਨਬਾਜ਼ੀਆਂ ਤੱਕ ਗੱਲ ਨਹੀਂ ਰੁਕੀ ਹੈ ਅਤੇ ਹੁਣ ਤੇ ਕੰਮ ਮਾਫ਼ੀਨਾਮੇ ਤੱਕ ਪਹੁੰਚ ਗਿਆ। ਜਿਹੜਾ ਆਪਣੇ ਆਪ ਨੂੰ ਬਾਗੀ ਧੜਾ ਅਖਬਾਰ ਰਿਹਾ, ਜਿਹਦੇ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹੋ ਰਹੀ ਨੇ, ਜਿਹਦੇ 'ਚ ਬੀਬੀ ਜਗੀਰ ਕੌਰ ਹੋ ਰਹੀ ਨੇ, ਜਿਹਦੇ 'ਚ ਚਰਨਜੀਤ ਸਿੰਘ ਬਰਾੜ ਹੋ ਰਹੀ ਨੇ, ਜਿਹਦੇ 'ਚ ਮਾਸਟਰ ਤਾਰਾ ਸਿੰਘ ਹੋਰਾਂ ਦਾ ਪਰਿਵਾਰ ਹੈ, ਟੌੜਾ ਪਰਿਵਾਰ ਹੈ ਅਤੇ ਨਾਲ ਦੀ ਨਾਲ ਢੀਂਡਸਾ ਪਰਿਵਾਰ ਹੈ। ਉਹ ਪਰਿਵਾਰ ਆਖ ਰਹੇ ਨੇ, ਉਹ ਧੜਾ ਆਖ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਮਾਨ ਕਿਸੇ ਹੋਰ ਪਰਸਨ ਦੇ ਹੱਥ ਦੇ ਵਿੱਚ ਫੜਾ ਦੇਣੀ ਚਾਹੀਦੀ ਹੈ, ਤਦੇ ਹੀ ਅਕਾਲੀ ਦਲ ਮੁੜ ਤੋਂ ਸੁਰਜੀਤ ਹੋ ਪਾਏਗਾ। ਅਤੇ ਨਾਲ ਦੀ ਨਾਲ ਉਹਨਾਂ ਆਖ ਰਹੇ ਨੇ ਕਿ ਜਿਹੜੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੇ ਦਰਮਿਆਨ ਕੀਤੀਆਂ, ਉਹਨਾਂ ਸਭਨਾਂ ਦੀ ਮਾਫ਼ੀ ਹੈ ਜਿਹੜੀ ਉਹ ਮੰਗ ਲੈਣੀ ਚਾਹੀਦੀ ਹੈ। ਜੇਕਰ ਪੰਥ ਸਾਨੂੰ ਮਾਫ਼ ਕਰੇਗਾ, ਲੋਕ ਸਾਨੂੰ ਮਾਫ਼ ਕਰਨਗੇ, ਉਸ ਤੋਂ ਬਾਅਦ ਦੇ ਵਿੱਚ ਹੀ ਸਾਡਾ ਕੁਝ ਹੋ ਸਕਦਾ। ਪਰ ਇਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਹੋਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ, ਕਿਉਂਕਿ ਅੱਜ ਮੁਆਫ਼ੀਨਾਮੇ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੀਤੀ ਗਈ ਹੈ ਬਾਗੀ ਧੜੇ ਦੇ ਵੱਲੋਂ। ਉੱਥੇ ਉਹਨਾਂ ਨੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਆਪਣਾ ਮੁਆਫ਼ੀਨਾਮਾ ਸੌਂਪ ਦਿੱਤਾ, ਜਿਨ੍ਹਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਮੁਆਫ਼ੀਨਾਮੇ ਨੂੰ ਪੜ੍ਹੂੰਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੀ ਅਗਲੀ ਕਾਰਵਾਈ ਕਰਨੀ ਹੈ, ਅਗਲੀ ਕਾਰਵਾਈ ਦੀ ਚਾਰਾਜੋਈ ਕਰਨੀ ਹੈ, ਉਹਦੇ 'ਤੇ ਵਿਚਾਰ ਕੀਤਾ ਜਾਏਗਾ। ਪਰ ਇਸ ਸਭ ਦੇ ਦਰਮਿਆਨ ਸੁਖਬੀਰ ਬਾਦਲ ਦੇ ਕੋਲੋਂ ਮੀਡੀਆ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਅੱਜ ਉਹ ਇੱਥੇ ਪਹੁੰਚੀ ਹੈ ਅਤੇ ਉਸ ਦੇ ਉੱਪਰ ਤੁਹਾਡਾ ਕੀ ਕਹਿਣਾ, ਤਾਂ ਉਹ ਚੀਜ਼ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀ ਗੱਲ ਆਖੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ। ਪਰ ਨਾਲ ਦੀ ਨਾਲ ਦੱਸ ਦਈਏ, ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ, ਅੱਜ ਵੱਡੀ ਮੀਟਿੰਗ ਚੱਲ ਰਹੀ ਹੈ, ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਉਸੇ ਮੀਟਿੰਗ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਅਕਾਲੀ ਦਲ ਇਸਤਰੀ ਵਿੰਗ ਦੀਆਂ ਸਾਰੀਆਂ ਮਹਿਲਾਵਾਂ ਨੂੰ, ਜਿੰਨੀਆਂ ਵੀ ਮਹਿਲਾ ਮੈਂਬਰ ਨੇ ਸਾਰੀਆਂ ਨੂੰ ਉੱਥੇ ਬੁਲਾਇਆ ਗਿਆ। ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਮੀਟਿੰਗ ਕਰ ਰਹੇ ਨੇ, ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸ ਏਜੰਡੇ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ ਇਹ ਅਜੇ ਤੱਕ ਸਾਫ਼ ਅਤੇ ਸਪਸ਼ਟ ਨਹੀਂ ਕੀਤਾ ਗਿਆ, ਪਰ ਮੀਟਿੰਗ ਬਾਦਸਤੂਰ ਚੱਲ ਰਹੀ ਹੈ। ਮੀਟਿੰਗ ਤੋਂ ਬਾਅਦ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਇਹਦੇ 'ਤੇ ਵੀ ਸਭ ਦੀ ਨਜ਼ਰ ਬਣੀ ਹੋਈ ਹੈ। ਪਰ ਇਹਦੇ ਨਾਲ ਹੀ ਸੁਖਬੀਰ ਬਾਦਲ ਦੇ ਬਿਆਨ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਣਾ ਚਾਹਾਂਗੇ। ਦੇਖੋ ਮੈਂ ਉਹਦੇ ਬਾਰੇ ਕੀ ਕਰਾਂ, ਉਹਨਾਂ ਨੂੰ ਪੁੱਛੋ ਕਿਸ ਵਾਸਤੇ ਗਏ। ਦੇਖੋ ਮੈਂ ਉਹਦੇ ਬਾਰੇ ਕੀ ਕਰਾਂ, ਉਹਨਾਂ ਨੂੰ ਪੁੱਛੋ ਕਿਸ ਵਾਸਤੇ ਗਏ। ਦੇਖੋ ਮੈਂ ਉਹਦੇ ਬਾਰੇ ਕੀ ਕਰਾਂ, ਉਹਨਾਂ ਨੂੰ ਪੁੱਛੋ ਕਿਸ ਵਾਸਤੇ ਗਏ। ਦੇਖੋ ਮੈਂ ਉਹਦੇ ਬਾਰੇ ਕੀ ਕਰਾਂ, ਉਹਨਾਂ ਨੂੰ ਪੁੱਛੋ ਕਿਸ ਵਾਸਤੇ ਗਏ। ਦੇਖੋ ਮੈਂ ਉਹਦੇ ਬਾਰੇ ਕੀ ਕਰਾਂ, ਉਹਨਾਂ ਨੂੰ ਪੁੱਛੋ ਕਿਸ ਵਾਸਤੇ ਗਏ।